ਆਮ ਆਦਮੀ ਪਾਰਟੀ ਵੱਲੋਂ ਤਰਨ ਤਾਰਨ ਪੁਲਿਸ ਅਤੇ ਪਾਰਟੀ ਵਰਕਰਾਂ ਅਤੇ ਸਿਆਸੀ ਸ਼ਹਿ ਅਤੇ ਝੂਠੇ ਪਰਚੇ ਕਰਨ ਦਾ ਆਰੋਪ ਲਗਾਉਂਦਿਆਂ ਹੋਇਆਂ SSP ਦਫ਼ਤਰ ਦੇ ਬਾਹਰ ਘੰਟਿਆਂ ਬੱਧੀ ਰੋਸ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਦੇ ਇੰਚਾਰਜ ਭੁਪਿੰਦਰ ਸਿੰਘ ਬਿੱਟੂ ਵੱਲੋਂ ਕੀਤੀ ਗਈ। ਧਰਨੇ ਵਿੱਚ ਪੱਟੀ ਤੋਂ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਬਲਬੀਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ 'ਤੇ ਪਾਰਟੀ ਦੇ ਆਗੂਆਂ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਹੋਇਆਂ ਪੁਲਿਸ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਸਰਕਾਰ ਦੇ ਦਬਾਅ ਥੱਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤੰਗ ਪਰੇਸ਼ਾਨ ਕਰ ਰਹੇ, ਝੂਠੇ ਜਾਇਜ਼ ਨਜਾਇਜ਼ ਪਰਚੇ ਜਿਹੜੇ ਉਹ ਦਿੱਤੇ ਜਾ ਰਹੇ, ਜਿਹਦੇ ਵਾਸਤੇ ਅਸੀਂ SSP ਨੂੰ ਸਾਹਿਬ ਨੂੰ ਵਾਰ ਵਾਰ ਮਿਲੇ ਹਾਂ ਅਤੇ ਉਹ ਸਾਨੂੰ ਜਦੋਂ ਆਉਂਦੇ ਆ ਉਦੋਂ ਸਾਨੂੰ ਵੱਡਾ ਪ੍ਰਸ਼ਾਸਨ ਦਵਾ ਕੇ ਤੌਰ 'ਤੇ ਬਿਲਕੁਲ ਰੱਦ ਕਰ ਦਿੱਤੇ ਜਾਣਗੇ, ਪਨਾਲਾ ਉੱਥੇ ਦਾ ਉੱਥੇ। ਜੋ ਮੈਂ ਮਹਿਸੂਸ ਕੀਤਾ ਉਹ ਇਹ ਕੀਤਾ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਜਿਹੜੇ ਵਿਧਾਇਕ ਆ ਜਾਂ ਸਰਕਾਰ ਦੇ ਅੱਗੇ ਬੇਬਸ ਆ, ਪੁਲਿਸ ਲਾਚਾਰ ਜਿਹੜੀ ਉਹ ਨਜ਼ਰ ਆਉਂਦੀ ਹੈ, ਇਹਨਾਂ ਦੇ ਹੱਥ ਵਿੱਚ ਕੁਛ ਨਹੀਂ, ਸ਼ਰੇਆਮ ਗੁੰਡਾਗਰਦੀ ਹੈ, ਨਸ਼ਿਆਂ ਦਾ ਬੋਲਬਾਲਾ, 2 ਨੰਬਰ ਦੀ ਸ਼ਰਾਬ ਖਡੂਰ ਸਾਹਿਬ ਹਲਕੇ 'ਚ ਸ਼ਰੇਆਮ ਵਿਕ ਰਹੀ ਹੈ, ਉੱਥੇ ਲੋਕਾਂ ਨਾਲ ਧੱਕੇਸ਼ਾਹੀਆਂ ਹੋ ਰਹੀਆਂ, 2-3 ਨਜਾਇਜ਼ ਪਰਚੇ ਜਿਹੜੇ ਆ ਉਹ ਹੋਏ ਆ, ਜਿਹਦੇ ਸੰਬੰਧ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਮਿਲੇ ਹਾਂ। ਇੱਕ ਸਾਡੇ ਸੁਰਿੰਦਰ ਸਿੰਘ ਚੰਬਾ ਜਿਹਦਾ ਕੋਈ ਦੋਸ਼ ਨਹੀਂ ਹੈ, ਉਹਦੇ ਪਿੰਡ ਦੇ ਵਿੱਚ ਕੋਈ ਝਗੜਾ ਹੋਇਆ, ਉਹਨੂੰ ਨਜਾਇਜ਼ ਚੁੱਕ ਕੇ ਪਹਿਲਾਂ ਸਾਨੂੰ ਭਰੋਸੇ 'ਚ ਲਿਆ, ਮੈਨੂੰ ਖੁਦ ਡਿਪਟੀ ਸਾਹਿਬ ਨੇ ਫੋਨ ਕਰਕੇ ਕਿਹਾ ਵੀ ਤੁਹਾਡਾ ਬੰਦਾ ਨਿਰਦੋਸ਼, ਉਹਨੂੰ ਪਰਚੇ 'ਚੋਂ ਕੱਢ ਦਿੱਤਾ, ਪਰ ਉਹ ਸਾਨੂੰ ਵਿਸ਼ਵਾਸ ਦਵਾ ਕੇ ਉਹਨੂੰ ਉਹਦੀ ਦੁਕਾਨ ਤੋਂ ਚੁੱਕ ਕੇ ਜੇਲ੍ਹ 'ਚ ਬੰਦ ਕਰ ਦਿੱਤਾ। ਨਹੀਂ ਨਹੀਂ, ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਕੋਈ ਵੀ ਝੂਠਾ ਪਰਚਾ ਨਹੀਂ ਦਰਜ ਹੋਇਆ, ਉਹਨਾਂ ਨੇ ਮੈਨੂੰ ਮੰਗ ਪੱਤਰ ਦਿੱਤਾ, ਜਿਸ ਸੰਬੰਧ 'ਚ ਦਿੱਤਾ ਮੈਂ ਉਹਦੀ ਇਨਕੁਆਇਰੀ ਕਰਾ ਦੇਣਾ, ਉਹ ਕੋਈ ਝੂਠਾ ਪਰਚਾ ਨਹੀਂ। ਜਾਗਤੀ ਲੈ ਲਈ ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।